ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਦਰਸ਼ਕੋ, ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇੱਕ ਬਹੁਤ ਖੁਸ਼ੀ ਵਾਲੀ ਗੱਲ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਦੇ ਹੋਏ ਕਿ ਜਿੱਦਾਂ ਕੱਲ ਇਸੇ ਹੀ ਸਮੇਂ ਦੇ ਲਗਭਗ ਇਦੋਂ ਥੋੜਾ ਕੁ ਸਮੇਂ ਪਹਿਲਾਂ ਮੈਂ ਇੱਕ ਲਾਈਵ ਕੀਤਾ ਸੀ, ਤੁਹਾਡੇ ਨਾਲ ਇੱਕ ਸੂਚਨਾ ਸਾਂਝੀ ਕੀਤੀ ਸੀ ਇੱਕ ਬੱਚਾ ਸਾਹਿਬਪ੍ਰੀਤ ਸਿੰਘ ਬਾਰੇ ਕਿ ਉਹ ਬੱਚਾ ਘਰ ਤੋਂ ਲਾਪਤਾ ਹੋ ਗਿਆ ਹੈ ਔਰ ਗੁੰਮਸ਼ੁਦਾ ਹੋ ਗਿਆ ਹੈ ਔਰ ਉਹਦੀ ਤਲਾਸ਼ ਦੇ ਵਿੱਚ ਸਾਰੇ ਸਾਡੀ ਮਦਦ ਕਰੋ। ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਉਸ ਜਿਹੜਾ ਵੀਡੀਓ ਨੂੰ, ਉਸ ਫੋਟੋ ਨੂੰ ਸਾਡੀਆਂ ਬੇਨਤੀਆਂ ਦੇ ਰਾਹੀਂ ਤੁਸੀਂ ਜਿਹੜਾ ਅੱਗੇ ਤੱਕ ਵਾਇਰਲ ਕੀਤਾ, ਤਾਂ ਇੱਥੋਂ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੀ ਕਿੰਨੀ ਇਸ ਸਮੇਂ ਇਹਦਾ ਕਿੰਨੀ ਜ਼ਿਆਦਾ ਸੋਸ਼ਲ ਮੀਡੀਆ ਦੇ ਰਾਹੀਂ ਕਿਸੇ ਵੀ ਸੂਚਨਾ ਨੂੰ ਅਗਾਂਹ ਤੱਕ ਪਹੁੰਚਾਉਣ ਦੇ ਵਿੱਚ ਕਿੰਨੀ ਮਦਦ ਮਿਲ ਰਹੀ ਹੈ। ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਗੱਲ ਤੁਹਾਡੇ ਨਾਲ ਸਾਂਝਾ ਕਰਦੇ ਹੋਇਆ ਕਿ ਸਾਹਿਬਪ੍ਰੀਤ ਸਿੰਘ ਦਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਤਾ ਲੱਗ ਗਿਆ ਹੈ ਔਰ ਥੋੜੇ ਹੀ ਸਮੇਂ ਦੇ ਵਿੱਚ ਸਾਹਿਬਪ੍ਰੀਤ ਸਿੰਘ ਆਪਣੇ ਘਰ ਹੋਵੇਗਾ। ਜੀ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਕੱਲ ਆਪਾਂ ਗੱਲ ਕੀਤੀ ਸੀਗੀ ਕਿ ਸਾਹਿਬਪ੍ਰੀਤ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਸਾਰੇ ਹੀ ਪਰੇਸ਼ਾਨ ਸਨ। ਜੇਕਰ ਮਾਤਾ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਮਾਤਾ ਜੀ ਦੀ, ਤਾਂ ਉਹ ਉਹਨਾਂ ਦਾ ਤਾਂ ਮਤਲਬ ਕਿ ਰੋ ਰੋ ਕੇ ਬਹੁਤ ਬੁਰਾ ਹਾਲ ਸੀ ਜਿੱਥੋਂ ਤੱਕ ਸਾਡੀ ਗੱਲ ਹੋਈ ਸੀ ਉਹਨਾਂ ਨਾਲ। ਤਾਂ ਹੁਣ ਚੰਗੀ ਗੱਲ ਇਹ ਨਿਕਲ ਕੇ ਆਈ ਹੈ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਸੀਂ ਸਾਹਿਬਪ੍ਰੀਤ ਸਿੰਘ ਦੀ ਫੋਟੋ ਨੂੰ ਬਹੁਤ ਜ਼ਿਆਦਾ ਅਗਾਂਹ ਤੱਕ ਪਹੁੰਚਾਇਆ, ਉਹ ਫੋਟੋ ਬਹੁਤ ਜ਼ਿਆਦਾ ਵਾਇਰਲ ਹੋਈ। ਇਹ ਸਾਡੀ ਜਿਹੜੀ ਕੱਲ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਉਸ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਸ਼ੇਅਰ ਕੀਤਾ, ਤਾਂ ਹੁਣ ਸਾਹਿਬਪ੍ਰੀਤ ਸਿੰਘ ਹੋਣਾ ਦਾ ਪਤਾ ਲੱਗ ਗਿਆ ਹੈ ਔਰ ਤੁਹਾਨੂੰ ਮੈਂ ਫੋਟੋ ਵੀ ਇੱਕ ਸ਼ੇਅਰ ਕਰ ਦਿਆਂ ਕਿ ਸਾਹਿਬਪ੍ਰੀਤ ਸਿੰਘ ਜਲਦ ਆਪਣੀ ਮਾਂ ਨੂੰ ਮਿਲਣਗੇ ਤੇ ਇਸ ਸਮੇਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਨੇ। ਹੁਣੇ ਹੀ ਸਾਡੀ ਜਿਹੜੀ ਗੱਲ ਹੋਈ ਹੈ ਸਾਹਿਬਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੇ ਇਸ ਸਮੇਂ ਸਾਹਿਬਪ੍ਰੀਤ ਸਿੰਘ ਦੇ ਨਾਲ ਨੇ, ਤਾਂ ਤੁਹਾਨੂੰ ਦੱਸ ਦਈਏ ਕਿ ਸਾਹਿਬਪ੍ਰੀਤ ਸਿੰਘ ਦਾ ਜਿਹੜਾ ਪਤਾ ਹੈ ਉਹ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਹਿਬਪ੍ਰੀਤ ਸਿੰਘ ਜਿਹੜੇ ਪਹੁੰਚ ਗਿਆ ਸੀਗਾ ਉੱਥੇ ਸਾਹਿਬ, ਤੇ ਉੱਥੋਂ ਪਤਾ ਲੱਗਿਆ ਕਿਉਂਕਿ ਪਰਿਵਾਰ ਕੱਲ ਵੀ ਗਿਆ ਸੀ ਉੱਥੇ, ਉਹਨਾਂ ਨੇ ਜਾ ਕੇ ਜਿਹੜੇ ਫੋਟੋਜ਼ ਵਗੈਰਾ ਸਾਹਿਬਪ੍ਰੀਤ ਦੀਆਂ ਉੱਥੇ ਦਿੱਤੀਆਂ। ਤਾਂ ਇੱਥੇ ਮੇਨ ਰੋਲ ਹੈ ਜਿਹੜਾ ਮੈਂ ਤੁਹਾਨੂੰ ਦੱਸ ਦਿਆਂ ਕਿ ਸਭ ਤੋਂ ਜ਼ਿਆਦਾ ਮੇਨ ਰੋਲ ਜਿਹੜਾ ਇੱਥੇ ਰਿਹਾ ਉਹ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦਾ। ਉਹਨਾਂ ਦਾ ਕਿਵੇਂ ਰਿਹਾ, ਕੱਲ ਪਰਿਵਾਰ ਗਿਆ, ਉਹਨਾਂ ਨੇ ਉੱਥੇ ਜਾ ਕੇ ਜਿਹੜੇ ਉੱਥੇ ਮੈਨੇਜਰ ਨੇ ਸਾਰਿਆਂ ਨੂੰ ਫੋਟੋਜ਼ ਵਗੈਰਾ ਉਸ ਬੱਚੇ ਦੀਆਂ ਦਿੱਤੀਆਂ ਸਾਹਿਬਪ੍ਰੀਤ ਸਿੰਘ ਦੀਆਂ, ਤਾਂ ਉਹਨਾਂ ਨੇ ਉਸ ਚੀਜ਼ ਨੂੰ ਲਾਈਟਲੀ ਨਹੀਂ ਲਿਆ, ਬਹੁਤ ਹੀ ਉਹਦੇ ਉੱਤੇ ਧਿਆਨ ਦਿੰਦੇ ਹੋਏ ਉਹਨਾਂ ਫੋਟੋਜ਼ ਨੂੰ ਸਾਰੇ ਸੇਵਾਦਾਰਾਂ ਤੱਕ ਪਹੁੰਚਾਇਆ ਔਰ ਨਾਲ ਇਹ ਵੀ ਕਿਹਾ ਕਿ ਜਿਸ ਨੂੰ ਵੀ ਇਸ ਬੱਚੇ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਉਹ ਜਲਦ ਤੋਂ ਜਲਦ ਜਿਹੜੇ ਉੱਥੇ ਮੇਨ ਆਫਿਸ ਦੇ ਵਿੱਚ ਇਸ ਗੱਲ ਨੂੰ ਸਾਂਝਾ ਕਰਨ। ਤੇ ਤੁਹਾਨੂੰ ਮੈਂ ਫੋਟੋ ਵੀ ਦੱਸ ਦਿਆਂ ਕਿ ਸਾਹਿਬਪ੍ਰੀਤ ਸਿੰਘ ਇਸ ਸਮੇਂ ਆਪਣੇ ਪਰਿਵਾਰ ਦੇ ਨਾਲ ਹੈ। ਇਹ ਸਾਹਿਬ ਦੀ ਹੁਣ ਦੀ ਫੋਟੋ ਹੈ ਜਿਹੜੀ ਕਿ ਉੱਥੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਇਹ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਸਾਹਿਬਪ੍ਰੀਤ ਸਿੰਘ ਦੀ ਹੁਣ ਦੀ ਤਸਵੀਰ ਹੈ ਜਿਹੜੀ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਜਦੋਂ ਹੁਣ ਸਾਹਿਬਪ੍ਰੀਤ ਨੂੰ ਮਿਲੇ ਨੇ ਉੱਤੇ, ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿ ਸਾਰਿਆਂ ਦੇ ਨਾਲ ਇਸ ਤਸਵੀਰ ਨੂੰ ਸਾਂਝਾ ਕਰਦੇ ਹੋ ਕਿਉਂਕਿ ਸਾਰੇ ਇਸ ਸਮੇਂ ਪਰੇਸ਼ਾਨ ਨੇ, ਜਿੰਨਾ ਜਿੰਨਾ ਜਿਹਦਾ ਜਿਹਦਾ ਬਣਦਾ ਸਹਿਯੋਗ ਹੈ ਹਰੇਕ ਨੇ ਕੀਤਾ, ਹਰੇਕ ਨੇ ਸਾਹਿਬਪ੍ਰੀਤ ਨੂੰ ਲੱਭਣ ਦੇ ਵਿੱਚ ਪਰਿਵਾਰ ਦੀ ਜਿਹੜੀ ਮਦਦ ਕੀਤੀ ਹੈ, ਵੀਡੀਓ ਨੂੰ ਸ਼ੇਅਰ ਕੀਤਾ। ਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦਾ ਬਹੁਤ ਜ਼ਿਆਦਾ ਰੋਲ ਰਿਹਾ ਕਿਉਂਕਿ ਕੱਲ ਪਰਿਵਾਰ ਪਹੁੰਚਿਆ ਸੀ, ਇਹ ਪਰਿਵਾਰਿਕ ਮੈਂਬਰ ਨੇ ਜਿਹੜੇ ਸੈਂਟਰ ਦੇ ਵਿੱਚ ਸਾਹਿਬਪ੍ਰੀਤ ਸਿੰਘ ਨੇ, ਇਹ ਆਸੇ ਪਾਸੇ ਜਿਹੜੇ ਪਰਿਵਾਰਿਕ ਮੈਂਬਰ ਨੇ ਇਹ ਕੱਲ ਦਰਬਾਰ ਸਾਹਿਬ ਗਏ ਸੀ ਔਰ ਉੱਥੇ ਉਹਨਾਂ ਨੇ ਸਾਹਿਬਪ੍ਰੀਤ ਦੀਆਂ ਫੋਟੋਜ਼ ਦਿੱਤੀਆਂ। ਉੱਥੋਂ ਦੀ ਜਿਹੜੀ ਮੈਨੇਜਮੈਂਟ, ਜਿਹੜੇ ਉੱਥੋਂ ਦੇ ਮੈਨੇਜਰ ਨੇ, ਪਰਿਕਰਮਾ ਦੇ ਮੈਨੇਜਰ ਨੇ ਜਾਂ ਉੱਥੋਂ ਦੇ ਜਿਹੜੇ ਸੇਵਾਦਾਰ ਨੇ, ਉੱਥੇ ਉਹਨਾਂ ਨੇ ਇਹ ਫੋਟੋਜ਼ ਦਿੱਤੀਆਂ। ਉਹਨਾਂ ਨੇ ਅਗਾਂਹ ਸਾਰੇ ਸੇਵਾਦਾਰਾਂ ਨੂੰ ਇਹ ਫੋਟੋ ਸਾਹਿਬਪ੍ਰੀਤ ਦੀ ਜਿਹੜੀ ਡਿਸਟ੍ਰੀਬਿਊਟ ਕੀਤੀ, ਵੰਡੀ ਕਿ ਤੁਸੀਂ ਧਿਆਨ ਰੱਖਿਓ ਕਿ ਇਹ ਬੱਚਾ ਕਿਤੇ ਵੀ ਤੁਹਾਨੂੰ ਮਿਲੇ ਤਾਂ ਗੌਰ ਕਰਿਓ। ਔਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇੱਥੋਂ ਪਤਾ ਲੱਗਦਾ ਹੈ ਕਿ ਜਿਹੜੇ ਉੱਥੇ ਸੇਵਾਦਾਰ ਖੜੇ ਨੇ ਉਹ ਨਿਸ਼ਾਨ ਜਿਹੜੇ ਕਿ ਉੱਥੋਂ ਦੇ ਮੈਨੇਜਰ ਨੇ ਨਿਸ਼ਾਨ ਸਿੰਘ ਜੀ, ਪਰਿਕਰਮਾ ਦੇ ਵਿੱਚ ਜਿਹੜੇ ਵੀ ਸੇਵਾਦਾਰ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਅੰਡਰ ਆਬਜ਼ਰਵੇਸ਼ਨ ਨੇ
और सरदार निशान सिंह जी मैनेजर ने परिक्रमा दे श्रोमणी गुरुद्वारा प्रबंधक कमेटी दे ते उते जेड़े इस बच्चे दे नाना जी ने उन्हां दी गल हुई है सरदार निशान सिंह जी होना दे नाल और जदों पता चलिया सरदार निशान सिंह जी होना दी गल एक बाणी दे राही असी जड़ी साढ़े चैनल दे राही इन्हां दे नाना जी दे नाल करवाई गई तां जदों निशान सिंह जी होना ने ये उन्हां नूं यकीन दवाया कि तुसी बहुत आराम दे नाल आओ तुहाडा बच्चा साढ़े कोल है बिल्कुल असी उन्हों ध्यान दे नाल रख्या होया और नाल ही जेड़े सरदार हरपिंदर सिंह जी ने इंचार्ज जेड़े जम्मू सिख मिशन दे ने इत्थे अपनी सेवा निभा रहे ने SGPC दे वल्लों उन्हां दी भी असीं गलबात आ जिहड़ी इस परिवार सहजप्रीत सिंह दे परिवार दे नाल करवाई तां उन्हां ने बहुत ज्यादा कोऑपरेशन जिहड़ा कोऑपरेट कीता बहुत ज्यादा सहयोग दिता और मतलब जिदां मैं पहला भी गल सांझी कीती सी कि परिक्रमा दे उत्ते बहुत ज्यादा हैट्स ऑफ दैट सेवादार जिन्हां ने बहुत वधिया तरीके दे नाल अपनी सेवा निभाई और इतों पता लगता कि उत्थे दे जिहड़े सेवादार परिक्रमा ते खड़े हुंदे ने या किसी भी कोने दे विच खड़े हुंदे ने उन्हां दी अख है जिहड़ी उन्हां दी निगाह है हर एक बंदे दे उत्ते हुंदी है भावें कि लखां दी तादाद विच हजारां दी तादाद दे विच संगत नतमस्तक होण दे लई सचखंड श्री हरिमंदर साहिब पहुंचदी है लेकिन सेवादार पूरे सतर्क रहिंदे ने उत्थे जदों यह फोटो सेवादारां तक पहुंची सहजप्रीत सिंह दी तां सेवादारां ने ही जिहड़ा अगां क्योंकि उन्हां दी नॉलेज दे विच इह बच्चा सीगा कि किसे नूं वी इह बच्चा किते वी दींदा है तां उन्हां ने जिहड़ा मैनेजर दे ऑफिस दे विच संपर्क करना हैगा निशान सिंह जी जिहड़े मैनेजर ने परिक्रमा SGPC दे तां सचखंड श्री हरिमंदर साहिब दी जिहड़े परिक्रमा दे सारे जिहड़ा मैनेज करदे ने सरदार निशान सिंह जी उन्हां ताईं सूचना जिहड़ी पहुंचाई गई ओ सेवा सीसीटीवी फुटेज भी सीसीटीवी कैमरा जेड़े लगे हुए ने सीसीटीवी फुटेज भी कड़ी गई उत्ते भी इस बच्चे नु देखा गया जदों सेवादारा ने जाके आख्या कि मतलब इस बच्चे नु इत्थे देखा गया है तब बहुत ही वधिया तरीके दे नाल इस बच्चे नु ऑफिस दे विच बिठा के जिन्नी देर तक परिवार नु सूचित किया गया फिर एक बाणी चैनल दी भी गल हुई साडी भी गल हुई उत्थे जिहड़े मैनेजर ने उन्हां दे नाल फिर उन्हां ने बहुत अश्योर करवाया कि बच्चा इत्थे बहुत बिल्कुल ठीक ठाक तरीके दे नाल बैठा है परिवार वापस आ रहा सी सांबे पहुंचिया सी तां उन्हां नूं वापस ही उतो ही वापस हो गए लेकिन जदों साडी गल हुई है उतो दे मैनेजर नाल सरदार निशान सिंह जी होणा नाल वीर हरपिंदर सिंह जी होणा नाल उन्हां ने और इकबाणी दे थ्रू ही जिहड़ी गल हुई है इन्हां दे परिवार नाल बच्चे दे नाना जी नाल सहजप्रीत सिंह जी होना दे नाना जी नाल उन्हां ने बहुत ही सहजे तरीके दे नाल बहुत वधिया तरीके दे नाल गल करके कहा है कि तुसी आराम दे नाल आओ तुहानूं जिन्ना भी समां लगदा घबराउण दी कोई भी जरूरत नहीं है बच्चा साडे कोल है तुहाडा बच्चा सेफ एंड सिक्योर है और यह जिन्नी देर तक परिवार नहीं आउंदा अंदर पूरी कार्रवाई नहीं की जाती पूरा श्योर नहीं हो जाता कि जेड़े भी लोग लैन आए ने ओ इसदे सहजप्रीत दे परिवारक मैंबर ने उन्नी देर तक असी बच्चा इत्थों बिल्कुल भी बाहर नहीं कढ़ांगे तां सारी ही जेड़ी लीगल फॉर्मेलिटी है ओ कीती गई है बकायदा क्योंकि साडी गल काफी समय तो हो रही है जिन्नी देर तक सानू भी प्रॉपर बच्चा इन्हां दे हाथ विच परिवारिक मैंबरां दे हाथ विच नहीं आया साडे तक फोटो नहीं आई तां लेकिन असीं बहुत धन्नवादी हां सरदार निशान सिंह जी होणा दे जिहड़े मैनेजर ने सचखंड श्री हरिमंदर साहिब दे परिक्रमा दे मैनेजर ने और वीर हरपिंदर सिंह जी जिन्हां ने जिहड़े इंचार्ज ने सिख मिशन जम्मू कश्मीर दे तां इन्हां दा बहुत बहुत धन्नवाद बहुत सहयोग दिता इन्हां ने और जल्द ही सहजप्रीत सिंह है जिहड़े ओह अपने मां दे कोल होणगे माता जी दा बहुत बुरा हाल है परिवार बहुत परेशानी दे विच है और थोड़े ही समय दे बाद जिहड़ा और सारे ने ही कल जिदा साडी असी बेनती कीती सी कि सहजप्रीत सिंह होना दी जिहड़े लापता होण दी गुमशुदा होण दी जिहड़ी इस वीडियो नूं तस्वीर नूं ज्यादा तों ज्यादा शेयर करो तां हुण मैं फिर तों सारयां नूं हथ बन्ह के बेनती करदी आं कि इस वीडियो नूं इस तस्वीर नूं ज्यादा तों ज्यादा शेयर करो तां जो जिन्हां वीरां ने सहयोग दित्ता है क्योंकि सब दा ही बहुत सहयोग रहा ये अगां दी गां तस्वीर पहुंची है सोशल मीडिया दे उत्ते वीडियो तस्वीर वायरल हुई है
ਤਾਂ ਬਹੁਤ ਧੰਨਵਾਦੀ ਹਾਂ ਅਸੀਂ ਉਹਨਾਂ ਸਾਰੇ ਵੀਰਾਂ ਦੇ ਜਿਨ੍ਹਾਂ ਨੇ ਆਪਣਾ ਆਪਣਾ ਸਹਿਯੋਗ ਦਿੱਤਾ, ਕਿਉਂਕਿ ਕੱਲ੍ਹ ਵੀ ਜਿੱਦਾਂ ਮੈਂ ਕਿਹਾ ਸੀਗਾ ਕਿ ਤੁਹਾਡਾ ਇੱਕ ਇੱਕ ਸ਼ੇਅਰ ਕਰਨਾ ਹੀ ਵੀਰ ਸਹਿਜਪ੍ਰੀਤ ਸਿੰਘ ਨੂੰ ਲੱਭਣ ਦੇ ਵਿੱਚ ਤੁਹਾਡਾ ਯੋਗਦਾਨ ਹੋਵੇਗਾ। ਤਾਂ ਉਸੇ ਹੀ ਤਰ੍ਹਾਂ ਅੱਜ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਵੀ ਅਸੀਂ ਦੇਖਿਆ ਇੱਕ ਬਾਣੀ ਚੈਨਲ ਤੇ ਬਹੁਤ ਸਾਰੇ ਕਮੈਂਟਸ ਆਏ ਨੇ, ਸਾਰੇ ਬਹੁਤ ਫਿਕਰਮੰਦ ਸਨ, ਤਾਂ ਸਾਰੇ ਬੇਫਿਕਰ ਹੋ ਜਾਣ ਕਿਉਂਕਿ ਸਹਿਜਪ੍ਰੀਤ ਸਿੰਘ ਚੰਦ ਹੀ ਘੰਟਿਆਂ ਦੇ ਵਿੱਚ ਆਪਣੇ ਘਰ ਹੋਣਗੇ। ਔਰ ਪਰਿਵਾਰਿਕ ਮੈਂਬਰ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਨਾਲ ਤਾਂ ਮਿਲ ਹੀ ਗਏ ਨੇ, ਤੇ ਬਸ ਹੁਣ ਰਹਿ ਗਿਆ ਕਿ ਆਪਣੇ ਘਰ ਪਰ ਤਾਂ ਲੈ ਆਉਣ ਪਰਿਵਾਰਿਕ ਮੈਂਬਰ ਉਹਨਾਂ ਨੂੰ, ਤੇ ਉਹ ਜਲਦੀ ਆਪਣੇ ਜਿਹੜੇ ਮਾਤਾ ਜੀ ਦੇ ਨਾਲ ਮਿਲ ਲੈਣ। ਔਰ ਇੱਥੇ ਫਿਰ ਤੋਂ ਇੱਕ ਵਾਰ ਮੈਂ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸੇਵਾਦਾਰ ਨੇ, ਔਰ ਉਹਨਾਂ ਨੂੰ ਅਸੀਂ ਬਿਲਕੁਲ ਇੱਥੇ ਇਸ ਗੱਲ ਨੂੰ ਤੇ ਸਾਨੂੰ ਮੰਨਣਾ ਹੀ ਪਏਗਾ ਕਿ ਜਿੰਨੇ ਵੀ ਉੱਥੇ ਸੇਵਾਦਾਰ ਪਰਿਕਰਮਾ ਦੇ ਵਿੱਚ ਜਾਂ ਕਿਸੇ ਵੀ ਇੱਕ ਵੀ ਕਿਸੇ ਵੀ ਕੋਨੇ ਦੇ ਵਿੱਚ ਆਪਣੀ ਸੇਵਾ ਦੇ ਰਹੇ ਨੇ, ਤਾਂ ਉਹ ਬਹੁਤ ਹੀ ਸਤਰਕ ਹੁੰਦੇ ਨੇ। ਔਰ ਹਰ ਇੱਕ ਦੇ ਜਿਵੇਂ ਕਿ ਜਿਸ ਤਰ੍ਹਾਂ ਦੇ ਨਾਲ ਇਸ ਫੋਟੋ ਨੂੰ ਉਹਨਾਂ ਤੱਕ ਪਹੁੰਚਾਇਆ ਗਿਆ ਸੀ ਸਹਿਜਪ੍ਰੀਤ ਸਿੰਘ ਜੀ ਹੋਣਾ ਦੀ, ਤਾਂ ਉਹਨਾਂ ਨੇ ਪੂਰਾ ਇਹਦੇ ਉੱਤੇ ਧਿਆਨ ਦਿੰਦੇ ਹੋਏ ਇਸ ਫੋਟੋ ਨੂੰ ਪੂਰੇ ਸਾਰੇ ਕਿਤੇ ਪਰਿਸਰ ਦੇ ਵਿੱਚ ਔਰ ਸਾਰਿਆਂ ਤੱਕ ਪਹੁੰਚਾਇਆ, ਔਰ ਬਹੁਤ ਜ਼ਿਆਦਾ ਇਸ ਦੇ ਉੱਤੇ ਬਹੁਤ ਚੰਗੇ ਤਰੀਕੇ ਦੇ ਨਾਲ ਇਹਨਾਂ ਨੇ ਸਾਰਿਆਂ ਨੇ ਨਿਗਾਹ ਰੱਖੀ ਕਿ ਇਹ ਬੱਚਾ ਹੈ ਜਾਂ ਦਿਨ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਤਸਵੀਰਾਂ ਉਹਨਾਂ ਦੇ ਕੋਲ ਆਉਂਦੀਆਂ ਹੋਣਗੀਆਂ, ਪਰ ਇੱਥੇ ਇਹ ਹੈ ਕਿ ਮਤਲਬ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੀ ਡਿਊਟੀ ਕਰ ਰਹੇ ਨੇ, ਬਹੁਤ ਅੱਛੇ ਤਰੀਕੇ ਦੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ। ਤਾਂ ਮੈਂ ਫਿਰ ਤੋਂ ਇੱਕ ਵਾਰ ਤਸਵੀਰ ਸਾਂਝੀ ਕਰਦੇ ਹਾਂ ਕਿ ਸਹਿਜਪ੍ਰੀਤ ਸਿੰਘ ਇਸ ਸਮੇਂ ਆਪਣੇ ਪਰਿਵਾਰ ਦੇ ਨਾਲ ਨੇ। ਸਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ ਬਹੁਤ ਜ਼ਿਆਦਾ, ਸਾਰਿਆਂ ਨੇ ਕੱਲ ਅਰਦਾਸ ਕੀਤੀ ਸੀਗੀ ਕਿਉਂਕਿ ਮੈਂ ਕਮੈਂਟਸ ਦੇ ਰਾਹੀਂ ਮੈਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਮੇਂ ਸਹਿਜਪ੍ਰੀਤ ਸਿੰਘ ਨੇ ਜਿਹੜੇ ਉਹ ਸਾਡੇ ਨਾਲ ਲਾਈਵ ਨੇ, ਤੇ ਮੈਂ ਤੁਹਾਨੂੰ ਫੋਨ ਦੇ ਰਾਹੀਂ ਉਹਨਾਂ ਦੀ ਆਪਾਂ ਆਵਾਜ਼ ਸੁਣਾਂਗੇ। ਜੀ ਸਹਿਜਪ੍ਰੀਤ ਸਿੰਘ ਜੀ, ਤੁਸੀਂ ਗੱਲ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਕਿਹਨਾਂ ਨਾਲ ਗੱਲ ਕਰ ਰਹੀ ਹਾਂ? ਜੀ ਜੀ ਵੀਰ ਜੀ, ਸਹਿਜਪ੍ਰੀਤ ਸਿੰਘ ਜੀ ਤੁਹਾਡੇ ਨਾਲ ਨੇ, ਕਿਸ ਤਰ੍ਹਾਂ ਦੇ ਨਾਲ ਹੁਣ, ਕਿਉਂਕਿ ਸਾਰੇ ਹੀ ਦਰਸ਼ਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਲਦ ਤੋਂ ਜਲਦ ਸਹਿਜਪ੍ਰੀਤ ਸਿੰਘ ਆਪਣੇ ਪਰਿਵਾਰ ਦੇ ਵਿੱਚ ਆ ਜਾਣ, ਤੁਹਾਨੂੰ ਉਹ ਮਿਲ ਚੁੱਕੇ ਨੇ, ਤਾਂ ਤੁਸੀਂ ਥੋੜੀ ਜਿਹੀ ਗੱਲਬਾਤ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਬੱਚਾ ਬਿਲਕੁਲ ਠੀਕ ਠਾਕ ਹੈ, ਬਸ ਕੁਛ ਘੰਟਾ ਤੱਕ ਅਸੀਂ ਉਹਨੂੰ ਵਾਪਸ ਲੈ ਕੇ ਆ ਰਹੇ ਹਾਂ। ਜੀ ਹਾਂਜੀ ਬਿਲਕੁਲ ਠੀਕ ਠਾਕ ਹੈ, ਤੁਸੀਂ ਉਸ ਨਾਲ ਗੱਲ ਕਰ ਸਕਦੇ ਹੋ। ਜੀ ਅਸੀਂ ਚਾਹਾਂਗੇ ਕਿ ਸਹਿਜਪ੍ਰੀਤ ਨਾਲ ਗੱਲ ਕਰੀਏ। ਬੋਲ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਸਹਿਜਪ੍ਰੀਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਸਹਿਜਪ੍ਰੀਤ ਜੀ, ਤੁਸੀਂ ਹੁਣ ਥੋੜੇ ਸਮੇਂ ਵਿੱਚ ਘਰ ਵਾਪਿਸ ਆ ਰਹੇ ਹੋ, ਤੁਹਾਡੇ ਮਾਤਾ ਜੀ ਬਹੁਤ ਫਿਕਰਮੰਦ ਸਨ ਤੁਹਾਡੇ ਲਈ, ਤਾਂ ਕਿੱਦਾਂ ਦਾ ਹੁਣ ਫੀਲ ਹੋਇਆ ਪਰਿਵਾਰ ਨੂੰ ਮਿਲ ਕੇ? ਬਹੁਤ ਖੁਸ਼ੀ ਹੋਈ ਹੈ, ਜਲਦ ਅਸੀਂ ਸਾਰੇ ਉਡੀਕ ਰਹੇ ਹਾਂ, ਬਹੁਤ ਜ਼ਿਆਦਾ ਪਰੇਸ਼ਾਨ ਸੀ ਪਤਾ ਸਾਰੇ ਤੁਹਾਡੇ ਲਈ। ਠੀਕ ਹੈ, ਜਦੋਂ ਤੁਸੀਂ ਘਰ ਆਓਗੇ ਅਸੀਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ, ਸਾਰੇ ਹੀ ਤੁਹਾਨੂੰ ਮਿਲਾਂਗੇ, ਔਰ ਨਾਲ ਹੀ ਇੱਕ ਬਾਣੀ ਚੈਨਲ ਦੇ ਸਾਰੇ ਪਰਿਵਾਰ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਤੁਸੀਂ ਇਹ ਆਵਾਜ਼ ਸੁਣੀ ਸਹਿਜਪ੍ਰੀਤ ਸਿੰਘ ਹੋਣਾ ਦੀ, ਤੇ ਨਾਲ ਹੀ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਨੂੰ ਲੈਣ ਦੇ ਲਈ, ਤਾਂ ਸਾਰੇ ਹੀ ਬਹੁਤ ਖੁਸ਼ ਨੇ, ਔਰ ਸਹਿਜਪ੍ਰੀਤ ਸਿੰਘ ਜਲਦ ਹੀ ਆਪਣੇ ਘਰ ਆ ਰਹੇ ਨੇ, ਆਪਾਂ ਸਾਰੇ ਜਲਦ ਸਹਿਜਪ੍ਰੀਤ ਸਿੰਘ ਹੋਣਾ ਨੂੰ ਜਿਹੜੇ ਮਿਲਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ। ਇਸ ਸਮੇਂ ਕਿਉਂਕਿ ਮੈਂ ਕੱਲ ਕਮੈਂਟਸ ਵੀ ਪੜ੍ਹੇ ਸੀ, ਤਾਂ ਉੱਥੇ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਅਰਦਾਸ ਵੀ ਕੀਤੀ ਸੀ, ਬਹੁਤ ਜ਼ਿਆਦਾ ਫਿਕਰਮੰਦ ਸਨ ਸਾਰੇ ਸਾਡੇ ਨਾਲ, ਬਲਵਿੰਦਰ ਸਿੰਘ ਜੀ, ਮਨੋਰੀਆ ਜੁੜੇ ਹੋਏ ਨੇ, ਗੁੱਡ ਨਿਊਜ਼ ਜੀ ਵੀਰ ਜੀ, ਸਾਰਿਆਂ ਦੇ ਲਈ ਹੀ ਬਹੁਤ ਚੰਗੀ ਗੱਲ ਆ, ਤੁਸੀਂ ਸਾਰਿਆਂ ਨੇ ਬਹੁਤ ਅਰਦਾਸ ਕੀਤੀ ਸੀ, ਤਰੁਣਮੀਤ ਸਿੰਘ ਜੀ, ਮਨਮੀਤ, ਮੋਨੂ ਜੀ, ਅਰਨਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਬਲਵਿੰਦਰ ਕੌਰ ਜੀ, ਸੁਨੀਤ ਕੌਰ ਜੀ, ਅਰਪਨਾ, ਕਿਉਂਕਿ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਇਹ ਕੱਲ ਵੀਡੀਓ ਵਾਇਰਲ ਮੈਂ ਲਾਈਵ ਕੀਤਾ ਸੀ ਨਾ, ਉਸ ਤੇ ਬਾਅਦ ਜੰਮੂ ਕਸ਼ਮੀਰ ਦੀ ਪਰਿਵਾਰ ਨੇ, ਸਾਡੇ ਦਰਸ਼ਕਾਂ ਨੇ ਤਾਂ ਇਹ ਵੀਡੀਓ ਨੂੰ ਵਾਇਰਲ ਕੀਤਾ ਹੀ ਸੀ, ਨਾਲ ਹੀ
ਬਹੁਤ ਦੂਰ ਦੂਰ ਜਿੱਥੇ ਜਿੱਥੇ ਜਿਹੜਾ ਵੀ ਸਹਿਯੋਗ ਦੇ ਸਕਦਾ ਸੀ ਉਹਨਾਂ ਨੇ ਦਿੱਤਾ, ਚਾਹੇ ਬੰਬੇ, ਚਾਹੇ ਬੰਗਲੌਰ, ਚਾਹੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਡੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨੇ, ਸਾਰਿਆਂ ਨੇ ਜਿੰਨਾ ਜਿੰਨਾ ਹੁੰਦਾ ਆਪਣਾ ਬਣਦਾ ਸਹਿਯੋਗ ਦਿੱਤਾ ਸੀ, ਕਿਉਂਕਿ ਸਾਰੇ ਹੀ ਬਹੁਤ ਜ਼ਿਆਦਾ ਮਤਲਬ ਵਰੀ ਹੋ ਗਏ ਸੀਗੇ, ਕਿ ਬਹੁਤ ਜ਼ਿਆਦਾ ਫਿਕਰ ਦੇ ਵਿੱਚ ਸਨ ਕਿ ਇੰਨਾ ਛੋਟਾ ਬੱਚਾ ਘਰੋਂ ਚਲਾ ਗਿਆ ਤੇ ਔਰ ਜਲਦ ਤੋਂ ਜਲਦ ਬੱਚਾ ਪਤਾ ਨਹੀਂ ਕਿਸ ਹਾਲਤ ਦੇ ਵਿੱਚ ਹੋਏਗਾ, ਕਿਉਂਕਿ ਸਾਡੇ ਵੀ ਘਰਾਂ ਦੇ ਵਿੱਚ ਬੱਚੇ ਨੇ। ਔਰ ਸੁਨੀਤ ਜੀ ਸਾਡੇ ਨਾਲ ਜੁੜੇ ਨੇ, ਅਰਪਨਾ, ਐਨਪੀ ਸਿੰਘ, ਮਨਮੀਤ ਕੌਰ, ਗੁੱਡ ਨਿਊਜ਼ ਜੀ, ਰਾਜਪਾਲ ਸਿੰਘ ਜੀ, ਸਮੀਰ ਜੀ, ਸਿੰਮੀ ਕੌਰ ਜੀ, ਗੁਰਮੀਤ ਕੌਰ ਜੀ, ਜੀ ਬਿਲਕੁਲ ਬਹੁਤ ਚੰਗੀ ਖਬਰ ਹੈ। ਕਾਬਲ ਸਿੰਘ ਜੀ, ਜੀ ਕਾਬਲ ਸਿੰਘ ਜੀ, ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਦਰਬਾਰ ਸਾਹਿਬ ਵਿਖੇ ਇਹ ਬੱਚਾ ਮਿਲਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਰੁਕਿਆ ਹੋਇਆ ਸੀਗਾ। ਤਨੂ ਕੌਰ ਜੀ, ਛੋਟਾ ਵੀਰ ਮਿਲ ਗਿਆ। ਤਜਿੰਦਰਪਾਲ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਬਿਛੈਲ ਸੂਦਨ ਜੀ, ਜਗਮੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ, ਸਾਰੇ ਹੀ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ, ਸਾਰੇ ਹੀ ਵਾਹਿਗੁਰੂ ਅੱਗੇ ਸਾਰੇ ਨੇ ਅਰਦਾਸਾਂ ਕੀਤੀਆਂ ਹੋਈਆਂ ਸਨ, ਔਰ ਅੱਜ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਚੰਦ ਘੰਟਿਆਂ ਦੇ ਵਿੱਚ ਹੀ ਮਨਜ਼ੂਰ ਹੋ ਗਈਆਂ ਨੇ। ਤੁਹਾਡੇ ਸਾਰਿਆਂ ਦੀ ਅਰਦਾਸ ਦਾ ਫਲ ਹੀ ਹੈ ਕਿ ਇਹ ਬੱਚਾ ਅੱਜ ਆਪਣੇ ਪਰਿਵਾਰ ਨੂੰ ਮਿਲ ਚੁੱਕਾ ਹੈ ਔਰ ਜਲਦ ਹੀ ਆਪਣੀ ਮਾਂ ਦੇ ਕੋਲ ਹੋਵੇਗਾ। ਔਰ ਬਹੁਤ ਬਹੁਤ ਸਾਰਿਆਂ ਨੇ ਅਰਦਾਸ ਕੀਤੀ ਹੈ, ਮੈਂ ਫਿਰ ਤੋਂ ਸਭ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਨਾਲ ਹੀ ਜਿਸ ਤਰ੍ਹਾਂ ਦੇ ਨਾਲ ਆਪਾਂ ਗੱਲ ਕੀਤੀ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ, ਸਹਿਜਪ੍ਰੀਤ ਸਿੰਘ ਜੀ ਦੇ ਜਿਹੜੇ ਮਾਮਾ ਜੀ ਉਹ ਇਸ ਸਮੇਂ ਸਹਿਜਪ੍ਰੀਤ ਸਿੰਘ ਨਾਲ ਨੇ, ਔਰ ਸਹਿਜਪ੍ਰੀਤ ਸਿੰਘ ਨੇ ਵੀ ਸਾਡੇ ਨਾਲ ਗੱਲ ਕੀਤੀ ਹੈ, ਔਰ ਪਰਿਵਾਰ ਪੂਰੇ ਪਰਿਵਾਰ ਦੇ ਵੱਲੋਂ ਹੀ ਸਾਨੂੰ ਕਿਹਾ ਗਿਆ ਸੀਗਾ ਕਿ ਜਿਨ੍ਹਾਂ ਨੇ ਵੀ ਆਪਣਾ ਆਪਣਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਜ਼ਰੂਰ ਕਰਿਓ। ਤਾਂ ਪੂਰੇ ਪਰਿਵਾਰ ਦੇ ਵੱਲੋਂ ਔਰ ਸਾਡੀ ਇਕਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਲਈ ਔਰ ਆਪ ਸਭ ਦੇ ਸਭ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਸਾਰਿਆਂ ਨੇ ਆਪਣਾ ਬਣਦਾ ਬਣਦਾ ਜਿਹੜਾ ਯੋਗਦਾਨ ਪਾਇਆ, ਆਪਣਾ ਸਹਿਯੋਗ ਦਿੱਤਾ। ਜਲਦੀ ਜਦੋਂ ਸਹਿਜਪ੍ਰੀਤ ਸਿੰਘ ਘਰ ਪਹੁੰਚੇਗਾ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਲਾਈਵ, ਤੇ ਫਿਰ ਸਹਿਜਪ੍ਰੀਤ ਸਿੰਘ ਜੀ ਆਪਣੇ ਜੋ ਵੀ ਗੱਲ ਹੋਈ ਹੈ, ਕਿਸ ਤਰ੍ਹਾਂ ਦੇ ਨਾਲ ਉੱਥੇ ਪਹੁੰਚਿਆ ਉਹ ਸਾਰਾ ਸਾਡੇ ਨਾਲ ਸ਼ੇਅਰ ਕਰੇਗਾ, ਤਾਂ ਆਪਾਂ ਸਾਰੇ ਹੀ ਜ਼ਰੂਰ ਸੁਣਾਂਗੇ ਔਰ ਜਲਦ ਹੀ ਆਪਾਂ ਸਹਿਜਪ੍ਰੀਤ ਸਿੰਘ ਨੂੰ ਇਕਬਾਣੀ ਚੈਨਲ ਦੇ ਥਰੂ ਮਿਲਾਂਗੇ। ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ, ਮੈਨੂੰ ਤੋਂ ਇਜਾਜ਼ਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।